ਬਾਬਾ ਜੀ ਕੌਮ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਸਨੀਵਾਲ ਸਾਹਿਬ ਦਾ ਸਵਾਗਤ ਕਰਦਾ। ਅੱਜ ਮੈਂ ਖੜਾ ਪਣਾ ਵਾਲੀ ਥਰਮਲ ਪਲਾਂਟ ਦੇ ਕੋਲ। ਇਹ ਜਿਹੜਾ ਰਕਬਾ ਹੈ, ਰਾਏਪੁਰ ਪਿੰਡ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਰਾਏਪੁਰ ਪਿੰਡ, ਉਹਦਾ ਰਕਬਾ ਹੈ। ਇੱਥੇ ਦੀ ਜਿਹੜੀ ਕਿਸਾਨ ਸਾਡੇ ਨਾਲ ਖੜੇ, ਇਹਨਾਂ ਦੇ ਦੱਸਣ ਦੇ ਮੁਤਾਬਕ 100 ਏਕੜ ਦੇ ਲਗਭਗ ਜਿਹੜਾ ਰਾਖ ਦੇ ਨਾਲ ਫਸਲ ਦੀ ਜਿਹੜਾ ਨੁਕਸਾਨ ਹੋਏਗਾ। ਕੱਲ੍ਹ ਬਹੁਤ ਜਿਹੜੀ ਨੇਰੀ ਤੂਫਾਨ ਚੱਲਿਆ ਸੀ, ਉਹਦੇ ਨਾਲ ਥਰਮਲੇ ਵਿੱਚ ਦੀ ਹੋ ਕੇ ਜਿਹੜੀ ਹਵਾਈ ਹੈ, ਉਹਦੇ ਨਾਲ ਜਿਹੜੀ ਰਾਖ ਫਸਲਾਂ 'ਤੇ ਡਿੱਗੀ ਹੈ, ਉਹ ਜਿੱਥੇ ਜਿੱਥੇ ਵੀ ਡਿੱਗੀ ਉਹਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ। ਕਿੰਨਾ ਕੁ ਹੋਇਆ, ਕਿੰਨਾ ਕੁ ਰਕਬਾ ਹੈ, ਪੂਰੀ ਗੱਲਬਾਤ ਅੱਜ ਆਪਾਂ ਕਿਸਾਨਾਂ ਦੇ ਨਾਲ ਕਰਦੇ ਹਾਂ। ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੀਆਂ ਫਸਲਾਂ ਦਾ ਨੁਕਸਾਨ ਹੋਇਆ? ਇਹ ਜਿਹੜੀ ਰਾਤ ਹਨੇਰੀ ਆਈ ਹੈ ਜੀ, ਇਹ ਹਨੇਰੀ ਦੇ ਕਾਰਨ ਸਾਡੇ ਥਰਮਲ ਦੇ ਨਾਲ ਰਾਖ ਦੇ ਕੋਲੇ ਢੇਰ ਲੱਗੇ ਹੁੰਦੇ ਨੇ, ਉਹ ਚੱਕ ਕੇ ਹਨੇਰੀ ਸਾਰੇ ਹੌਲੀ ਹੌਲੀ ਪਹਿਲਾਂ ਨਰਮੇ ਦੇ ਪੱਤਿਆਂ ਦੇ ਉੱਤੇ ਜਮ੍ਹਾਂ ਹੋ ਗਈ। ਉਸ ਤੋਂ ਬਾਅਦ ਪਹਿਲਾਂ ਪੱਤੇ ਮੱਚ ਗਏ ਅਤੇ ਫਿਰ ਕਣੀਆਂ ਆ ਗਈਆਂ, ਬਾਰਿਸ਼ ਆ ਗਈ। ਬਾਰਿਸ਼ ਆਉਣ ਦੇ ਕਾਰਨ ਉਹ ਰਾਖ ਸੀ ਜਿਹੜੀ ਪੱਤਿਆਂ ਤੋਂ ਲੈ ਕੇ ਥੱਲੇ ਜੜ੍ਹਾਂ ਤੱਕ ਚਲੀ ਗਈ। ਪਹਿਲਾਂ ਵੀ ਹੋਏ ਨੁਕਸਾਨ? ਹਾਂ, ਪਹਿਲਾਂ ਵੀ ਬਹੁਤ ਵਾਰ ਹੋਇਆ ਜੀ। ਪਹਿਲਾਂ ਵੀ ਆਏ ਸਾਲ ਵਾਂਗੂ ਨਰਮੇ ਮਰਦੇ ਰਹਿੰਦੇ ਜੀ, ਪਹਿਲਾਂ ਖਿੜਿਆਂ ਦੇ ਵੀ ਹੁੰਦਾ ਰਿਹਾ ਜੀ। ਕੋਈ ਥਰਮਲ ਪਲਾਂਟ ਦੇ ਵੱਲੋਂ ਕੋਈ ਪੁਖਤਾ ਪ੍ਰਬੰਧ ਕੀਤੇ ਹੈਗੇ ਇਹਨੂੰ ਲੈ ਕੇ? ਨਹੀਂ ਨਹੀਂ, ਕੋਈ ਪ੍ਰਬੰਧ ਨਹੀਂ ਜੀ। ਅਸੀਂ ਪਹਿਲਾਂ ਵੀ ਬਹੁਤ ਵਾਰ ਇੱਥੇ ਪਿੰਡਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਗਏ ਸੀਗੇ ਜੀ, ਪਰ ਇਹਦਾ ਕੋਈ ਹੱਲ ਨਹੀਂ, ਪੱਕੇ ਤੌਰ 'ਤੇ ਕੋਈ ਹੱਲ ਨਹੀਂ ਹੈਗਾ ਜੀ। ਇਹ ਠੇਕੇ 'ਤੇ ਲੈਤੀ ਹੋਈ ਜ਼ਮੀਨ ਆਈ 90,000 ਨੂੰ ਜੀ, ਪਰ ਹੁਣ ਤੁਸੀਂ ਦੇਖ ਲਓ ਇਹਦੇ ਵਿੱਚੋਂ ਬਚੂਗਾ ਕੀ ਜੀ, ਸਾਰੇ ਦਾ ਸਾਰਾ ਨਰਮਾ ਬਰਬਾਦ ਹੋ ਗਿਆ। ਹੁਣ ਤੁਸੀਂ ਕੀ ਮੰਗ ਕਰਦੇ? ਸਾਨੂੰ ਮੰਗ ਇਹੀ ਹੈ ਵੀ ਜਾਂ ਤਾਂ ਸਾਨੂੰ ਤਾਂ ਇਹਦਾ ਕੋਈ ਮੁਆਵਜ਼ਾ ਦਿੱਤਾ ਜਾਵੇ, ਸਾਡੀ ਭਰਪਾਈ ਕੀਤੀ ਜਾਵੇ। ਸਾਡੇ ਕੋਲ ਆਹੀ ਠੇਕੇ 'ਤੇ 6 ਕਿੱਲੇ ਸੀਗੇ, ਜਿਹੜਾ ਪੈਸਾ ਜੀ ਪਹਿਲਾਂ ਠੇਕੇ ਵਾਲਿਆਂ ਦੇ ਉੱਤੇ ਉੱਤੇ ਖਰਚਾ ਕਰਕੇ ਬੈਠੇ, ਸਾਡੇ ਬੰਦੇ ਖੁਸ਼ ਨਹੀਂ। ਇਹ ਤਕਰੀਬਨ 100 ਏਕੜ ਦੇ ਨੁਕਸਾਨ ਹੋਇਆ ਜੀ ਸਾਡਾ। ਇਹ ਪਹਿਲਾਂ ਵੀ ਸਾਨੂੰ ਬਹੁਤ ਵਾਰ ਪੈਂਦੀ ਹੈ ਥਰਮਲ ਦੀ, ਇਹ ਜਦੋਂ ਕੋਈ ਹਨੇਰੀ ਆਉਂਦੀ ਹੈ ਤਾਂ ਇਹਦੀ ਜਿਹੜੀ ਰਾਖ ਹੈ ਉਹ ਸਾਡੇ ਬਾਣਾਂ ਦੇ ਵਿੱਚ ਆ ਕੇ ਡੁੱਬਦੀ ਹੈ, ਅਤੇ ਉਹਦੇ ਨਾਲ ਸਾਡਾ ਰੈਗੂਲਰ ਵੀ ਆਉਂਦੀ ਹੈ ਜੀ। ਜਦੋਂ ਇਹ ਛੱਡਦੇ ਆ ਰੱਖ ਤਾਂ ਇਹ ਫਸਲਾਂ ਤੋਂ ਕੋਈ ਡਿੱਗਦੀ ਹੈਗੀ, ਉਹਦਾ ਨੁਕਸਾਨ ਹੁੰਦਾ ਹੁੰਦਾ। ਅੱਜ ਜ਼ਿਆਦਾ ਨੁਕਸਾਨ ਆ ਚੁੱਕਿਆ ਹੈਗਾ, ਹਨੇਰੀ ਆਈ ਹੈ ਉਹਦੇ ਕਾਰਨ ਰਾਖ ਆਈ ਹੈ, ਉਹ ਨਰਮੇ ਦੀ ਫਸਲ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ ਜੀ। ਤੁਸੀਂ ਕੀ ਮੰਗ ਕਰਦੇ ਹੋ, ਇਹਦਾ ਕੀ ਹੱਲ ਕਰਨਾ ਚਾਹੀਦਾ ਇਹਨਾਂ ਨੂੰ, ਕੀ ਮਤਲਬ ਤੁਸੀਂ ਸਹਾਇਤਾ? ਅਸੀਂ ਇਹ ਤੋਂ ਮੁੰਡਾ ਮੁਆਵਜ਼ੇ ਦੀ ਮੰਗ ਕਰਦੇ ਹਾਂ ਜੀ। ਤੁਸੀਂ ਦੇਖ ਰਹੇ ਹੋ ਫਸਲ ਸਾਡੀ ਬਹੁਤ ਖਰਾਬ ਹੋ ਚੁੱਕੀ ਹੈ ਜੀ, ਅਤੇ ਇਸਦਾ ਹੁਣ ਕੋਈ ਹੱਲ ਨਹੀਂ, ਅਤੇ ਅਸੀਂ ਇਹਨਾਂ ਤੋਂ ਮੁਆਵਜ਼ੇ ਦੀ ਮੰਗ ਕਰਦੇ ਹਾਂ, ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਨਰਮੇ ਦੀ ਖੇਤੀ ਵਾਸਤੇ ਪਾਣ ਯੋਗ ਨੇ ਜੀ, ਸੋ ਇੱਥੇ ਝੋਨਾ ਨਹੀਂ ਹੋ ਸਕਦਾ, ਸਾਨੂੰ ਦੁਬਾਰਾ ਹੀ ਨਰਮਾ ਬੀਜਣਾ ਪੈ ਸਕਦਾ, ਅਤੇ ਉਹ ਹੁਣ ਟਾਈਮ ਚਲਾ ਗਿਆ ਜੀ। ਹੁਣ ਹੋ ਸਕਦਾ ਵਾਹਣ ਵਿਹਲਾ ਵੀ ਰੱਖਣਾ ਪੈਂਦਾ? ਹਾਂ, ਵਾਹਣ ਵਿਹਲਾ ਵੀ ਰੱਖਣਾ ਪੈ ਸਕਦਾ, ਠੇਕੇ 'ਤੇ ਲੈਂਦਾ, ਠੇਕੇ 'ਤੇ ਜ਼ਮੀਨ ਲਈ ਹੋਈ ਹੈ ਜੀ, ਅਤੇ ਇਹਦਾ ਸਾਨੂੰ ਮੁਆਵਜ਼ਾ ਦਿਵਾਉਣਾ ਜੀ। ਉਹ ਸਾਹਮਣੇ ਥਰਮਲ ਪਲਾਂਟ ਤੁਸੀਂ ਦੇਖ ਰਹੇ ਹੋ, ਜ਼ੂਮ ਕਰਕੇ ਵੀਡੀਓ 'ਚ ਪਹਿਲਾਂ ਵੀ ਦਿਖਾਇਆ ਸੀ, ਉਹਦੀ ਜਿਹੜੀ ਉਹਦਾ ਧੂੰਏ ਨਾਲ ਵੀ ਬਹੁਤ ਪ੍ਰਦੂਸ਼ਣ ਹੁੰਦਾ, ਪਹਿਲਾਂ ਇੱਥੇ ਸਮੈਲ ਵੀ ਬਹੁਤ ਆਉਂਦੀ ਸੀਗੀ, ਉਹ ਹੁਣ ਵੀ ਕਦੇ ਕਦੇ ਆਉਂਦੀ ਹੈ। ਥਰਮਲ ਵਾਲੇ ਕੀ ਹੈ, ਜਦੋਂ ਕੋਈ ਲੋਕ ਆਵਾਜ਼ ਚੱਕਦੇ ਆ ਉਦੋਂ ਥੋੜ੍ਹੀ ਬਹੁਤ ਇਹਨਾਂ ਨੂੰ ਸ਼ਾਂਤ ਕਰਨ ਦੇ ਲਈ ਭਰਪਾਈ ਕਰ ਦਿੰਦੇ ਆ, ਪਰ ਦੁਬਾਰਾ ਫਿਰ ਉਹੀ ਹਾਲ ਕਰ ਦਿੰਦੇ ਆ। ਅੱਜ ਦੇਖੋ ਕਿੰਨੀ ਏਕੜ ਜਿਹੜੀ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ। ਹੁਣ ਇਹ ਜਿਵੇਂ ਦੱਸ ਰਹੇ ਸੀ, ਇਹਨਾਂ ਦੱਸਣ ਦੇ ਮੁਤਾਬਕ ਜ਼ਮੀਨ ਠੇਕੇ 'ਤੇ ਲਈ ਹੋਈ ਸੀ, ਠੇਕੇ 'ਤੇ ਲਈ ਹੋਣ ਦੇ ਬਾਵਜੂਦ 50,000 ਰੁਪਏ 1 ਕਿੱਲੇ ਦਾ ਇਹਨਾਂ ਨੂੰ ਦੇਣਾ ਪਊਗਾ, ਫਸਲ ਬਿਲਕੁਲ ਖਰਾਬ ਹੋ ਗਈ ਤਾਂ ਕਿਸਾਨ ਕਿੱਥੇ ਕੀ ਕਰਨਗੇ, ਕਿੱਥੇ ਜਾਣਗੇ? ਸੋ ਸਾਡੀ ਵੀ ਆਪਣੇ ਵੱਲੋਂ ਇਹੀ ਮੰਗ ਹੈ ਕਿ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਇਹਨਾਂ ਨੂੰ ਸੰਤੁਸ਼ਟ ਕੀਤਾ।